ਜੇ ਕਿਸਾਨੀ ਸੰਘਰਸ਼ ਦੇ ਵਿੱਚ ਔਰਤਾਂ ਆਉਂਦੀਆਂ ਤਾਂ ਉਹਦਾ ਜਿਹੜਾ ਰੰਗ ਹੈ ਉਹ ਬਦਲਦਾ। ਜੇ ਇੱਕ ਔਰਤ ਕਿਸਾਨੀ ਸੰਘਰਸ਼ ਦੇ ਵਿੱਚ ਆਉਂਦੀ ਹੈ, ਉਹ ਆਪਦੇ ਪਰਿਵਾਰ ਨੂੰ ਆਪਦੇ ਬੱਚਿਆਂ ਨੂੰ ਸਮਝਾਉਂਦੀ ਹੈ ਸਾਰਾ ਕੁਛ, ਅਤੇ ਸਾਰਾ ਪਰਿਵਾਰ ਤੁਰਦਾ। ਸੈਂਟਰ ਦੀ ਸਰਕਾਰ ਦੇ ਨਾਲ ਜਿਹੜਾ ਸਾਡਾ ਹੁਣ ਮੱਥਾ ਲੱਗਿਆ ਹੋਇਆ, ਅਸੀਂ ਸਰਕਾਰਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਪਹਿਲਾਂ ਸਾਨੂੰ ਸਮਝਿਆ ਜਾਂਦਾ ਸੀ ਕਿ ਜਿਹੜੀਆਂ ਔਰਤਾਂ ਨੇ ਜੀ ਉਹ ਘਰਾਂ ਦਾ ਮਤਲਬ ਚੁੱਲ੍ਹਾ ਚੌਂਕਾ ਹੀ ਸਾਂਭਣ ਜੋਗੀਆਂ ਨੇ। ਸਾਡੇ ਇੱਕ ਇੱਕ ਪਿੰਡ ਦੇ ਵਿੱਚੋਂ ਹਜ਼ਾਰ ਹਜ਼ਾਰ ਔਰਤ ਸਾਡੀ ਇੱਥੇ ਆਈ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਬਰਨਾਲਾ ਦੇ ਪਿੰਡ ਧਨੌਲਾ ਵਿਖੇ ਕਿਸਾਨ ਔਰਤਾਂ ਦਾ ਵਿਸ਼ਾਲ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਇਕੱਠ ਵਿੱਚ ਮਾਲਵੇ ਦੇ ਵੱਖ ਵੱਖ ਪੰਜ ਜ਼ਿਲ੍ਹਿਆਂ ਤੋਂ ਆਈਆਂ ਹਜ਼ਾਰਾਂ ਕਿਸਾਨ ਔਰਤਾਂ ਨੇ ਭਾਗ ਲਿਆ। ਇਸ ਦੌਰਾਨ ਉਹਨਾਂ ਨੇ ਬੀਜੇਪੀ ਆਗੂ ਹਰਜੀਤ ਗਰੇਵਾਲ ਨੂੰ ਘੇਰਿਆ। ਇਹ ਜੀ ਜਿਹੜਾ ਹਰਜੀਤ ਗਰੇਵਾਲ ਹੈ ਉਹ ਕਿਸਾਨਾਂ ਦੇ ਪ੍ਰਤੀ ਬਹੁਤ ਗਲਤ ਪ੍ਰਚਾਰ ਕਰ ਰਿਹਾ। ਸਾਡੇ ਮੁੰਡਿਆਂ ਦੇ ਪਹਿਲਾਂ ਦੋ 'ਤੇ ਪਰਚਾ ਵੀ ਕਰਵਾਇਆ ਗਿਆ। ਉਹ ਕਿਸਾਨਾਂ ਨੂੰ ਦੱਸ ਰਿਹਾ ਕਿ ਇਹਨਾਂ ਨੂੰ ਸੂਝ ਨਹੀਂ ਹੈਗੀ, ਇਹ ਕਾਨੂੰਨ ਨੇ ਜਿਹੜੇ 3 ਆਰਡੀਨੈਂਸ ਸਾਡੇ 'ਤੇ ਲਾਗੂ ਕੀਤੇ ਨੇ ਉਹ ਬਹੁਤ ਲਾਭਦਾਇਕ ਨੇ। ਅਸੀਂ ਹਰਜੀਤ ਗਰੇਵਾਲ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੇਰੇ ਧਨੌਲੇ ਦੇ ਵਿੱਚੋਂ ਹੀ ਘੱਟੋ ਘੱਟ 10,000 ਗਿਣਤੀ ਅਸੀਂ ਕੱਢੀ ਹੈ। ਜੋ ਵੀ ਸਾਡੇ ਕਾਲੇ ਕਾਨੂੰਨ ਹੈ ਅਸੀਂ ਉਹ ਰੱਦ ਕਰਾਉਣੇ ਹਾਂ ਵੀ ਜੋ ਵੀ ਅਸੀਂ ਔਰਤਾਂ ਉਹ ਅਸੀਂ ਚੰਡੀ ਦਾ ਰੂਪ ਧਾਰ ਸਕਦੇ ਹਾਂ। ਵੀ ਅਸੀਂ ਹੁਣ ਧਾਰ ਵੀ ਲਿਆ, ਅਸੀਂ ਦਿੱਲੀ ਵੀ ਜਾ ਆਏ ਅਤੇ ਮਤਲਬ ਹੁਣ ਜਦੋਂ ਕੋਈ ਸਾਨੂੰ ਸੱਦਾ ਆਊ ਤਾਂ ਅਸੀਂ ਫਿਰ ਵੀ ਜਾਵਾਂਗੇ। ਜੋ ਵੀ ਸਾਥੋਂ ਹੋਇਆ ਇਹਨਾਂ 'ਤੇ ਅਸੀਂ ਕਰਾਂਗੇ। ਮੋਦੀ ਸਰਕਾਰ ਨੂੰ ਅਸੀਂ ਹੱਥ ਬੰਨ ਕੇ ਬੇਨਤੀ ਵੀ ਕਰਦੇ ਹਾਂ ਵੀ ਸਾਡਾ ਇਹ ਕਾਨੂੰਨ ਵਾਪਸ ਲੈ ਲੇ। ਆਪਣਾ ਇਤਿਹਾਸ ਹੀ ਆ, ਮਾਈ ਭਾਗੋ ਦਾ ਇਤਿਹਾਸ, ਆਪਣੇ ਝਾਂਸੀ ਰਾਣੀ ਦਾ ਇਤਿਹਾਸ ਆ, ਆਪਣੇ ਗੁਰੂਆਂ ਦੇ ਟਾਈਮ ਤੋਂ ਲੈ ਲਓ, ਆਪਣੀਆਂ ਜੋ ਔਰਤਾਂ ਨੇ ਉਹਨਾਂ ਨੇ ਅੱਧ ਦਾ ਹਿੱਸਾ ਆਪਣੇ ਮਰਦਾਂ ਦੇ ਨਾਲ ਨਿਭਾਇਆ ਵਾ। ਅਸੀਂ ਸਰਕਾਰਾਂ ਨੂੰ ਦਿਖਾ ਦਾਂਗੇ ਵੀ ਔਰਤਾਂ ਕਿਸੇ ਤੋਂ ਘੱਟ ਨਹੀਂ ਹੈਗੀਆਂ। ਉੱਧਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਪਿੰਡ ਕਟੈੜਾ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੇ ਰੋਹ ਭਰਪੂਰ ਰੈਲੀ ਕੀਤੀ ਅਤੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸੁਰਜੀਤ ਕੁਮਾਰ ਜਿਆਣੀ ਅਤੇ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਕਿਸਾਨਾਂ ਪ੍ਰਤੀ ਬੇਰੁਖੀ ਵਾਲੀ ਭਾਸ਼ਾ ਵਰਤ ਰਹੇ ਨੇ, ਜਿਸ ਕਾਰਨ ਕਿਸਾਨਾਂ ਵਿੱਚ ਰੋਹ ਪੈਦਾ ਹੋ ਗਿਆ ਹੈ। ਆਪਣੇ ਖਾਲਸਾ ਪੰਥ ਦਾ ਨਹੀਂ, ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ, ਮਾਤਾਵਾਂ, ਭੈਣਾਂ ਸਾਰੀਆਂ, ਜਿੰਨਾ ਵੀ ਹੋ ਸਕਦਾ ਹੈ ਉਹ ਨਾਲ ਵੀਰਾਂ ਦੇ ਨਾਲ ਕੰਧੇ ਨਾ ਕੰਧਾ ਮਿਲ ਕੇ ਬਾਹਰ ਨਿਕਲਣ। ਉਹ ਵੀ ਮੋਦੀ ਨੂੰ ਦੱਸਣ ਕਿ ਅਸੀਂ ਮਾਈ ਭਾਗੋ ਦੀ ਵਾਰਿਸ ਹਾਂ, ਅਸੀਂ ਪਿੱਛੇ ਨਹੀਂ ਹਟਾਂਗੀਆਂ। ਸਾਨੂੰ ਮਜਬੂਰ ਹੋ ਕੇ ਆਉਣਾ ਪਿਆ ਕਿਉਂਕਿ ਜਦੋਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਇਹ ਕਾਲੇ ਕਾਨੂੰਨ ਲਿਆਂਦੇ ਆ, ਉਦੋਂ ਤੋਂ ਇਹ ਸੁਰਜੀਤ ਕੁਮਾਰ ਜਿਆਣੀ ਅਤੇ ਉੱਧਰ ਹਰਜੀਤ ਗਰੇਵਾਲ ਲਗਾਤਾਰ ਕਿਸਾਨੀ ਸੰਘਰਸ਼ ਦੇ ਖਿਲਾਫ ਬੋਲ ਰਹੇ ਆ। ਇਹ ਸੁਰਜੀਤ ਕੁਮਾਰ ਜਿਆਣੀ ਦੇ ਪਿੰਡ 'ਚ ਖੜ੍ਹੇ ਆ ਇਸ ਵੇਲੇ ਕਟੈੜੇ 'ਚ, ਜਿੱਥੇ ਤੁਸੀਂ ਦੇਖ ਰਹੇ ਹੋ ਘੱਟੋ ਘੱਟ 20,000 ਦਾ ਇਕੱਠ ਤਾਂ ਔਰਤਾਂ ਦਾ, ਉਹਨਾਂ ਨੂੰ ਬੈਠਣ ਨੂੰ ਥਾਂ ਨਹੀਂ ਮਿਲ ਰਹੀ। 40-50,000 ਦਾ ਇਕੱਠ ਦੋਨੀ ਥਾਈਂ ਜੋੜ ਕੇ ਮੋਦੀ ਹਕੂਮਤ ਦੇ ਵਿਰੁੱਧ, ਸਾਮਰਾਜੀ ਕੰਪਨੀਆਂ ਦੇ ਵਿਰੁੱਧ ਅਤੇ ਜਿਆਣੀ ਅਤੇ ਗਰੇਵਾਲ ਦੇ ਵਿਰੁੱਧ। ਇਸ ਇਕੱਠ ਦਾ ਮਕਸਦ ਘੋਲ ਨੂੰ ਹੋਰ ਸਿਖਰਾਂ 'ਤੇ ਪਹੁੰਚਾਉਣਾ, ਕਿਉਂਕਿ ਅਜੇ ਤੱਕ ਮੋਦੀ ਦੀ ਸਰਕਾਰ ਆਕੜੀ ਬੈਠੀ ਹੈ, ਅੜੀ ਬੈਠੀ ਹੈ, ਜਿਹਦੀਆਂ ਰਗਾਂ ਦੇ ਵਿੱਚ ਸਾਮਰਾਜ ਬੋਲਦਾ, ਇਹ ਮੋਦੀ ਨਹੀਂ ਬੋਲਦਾ।